सत श्री अकाल जी दा खालस टीवी देख रहे सारे दर्शकों का बहुत बहुत स्वागत है। पंजाब भारत अते दुनिया भर के प्राइम टाइम दे विच मैं हरशरण कौर। अज के प्राइम टाइम दे विच किसानां अते सरकार दे दरमियान जिहड़ी बैठक हुई है उसकी अपडेट दसांगे। सुप्रीम कोर्ट दे विच जिहड़ी सुनवाई होनी सी उसकी अपडेट दसांगे। श्री गुरु गोबिंद सिंह साहिब का प्रकाश दिहाड़ा किंज मनाया गया किसानां दे वल्लों अते पटना साहिब दी धरती दे उत्ते सारी अपडेट तुहानू देवांगे। पहला पंजाब दीआं खबरां विस्थार दे नाल दसदे आं। पंजाब दीआं खबरां दे विस्थार दे विच सब तों पहली ते अहम खबर सरकार ते किसानां दे विचाले हुई बैठक। 20 जनवरी नूं दुपहरे 2 बजे यह मीटिंग शुरू होनी सी जिहड़ी कि 45 मिनट देरी नाल शुरू हुई। सरकार दे मंत्री जिहड़े 3 मंत्री मीटिंग दे विच शामिल हुंदे ने ओह देरी दे नाल आए। किसान अपने समय ते विज्ञान भवन पहुंच गए सी। पहले गेड़ दी जिहड़ी बैठक हुई सी अज दी पहले गेड़ दी बैठक उस दे विच केंद्र सरकार दे मंत्रियां ने मुड़ कानूनां दे विच सोध करन दी तजवीज़ रखी जिस नूं किसानां ने पहले शब्द दे विच ही रद्द कर दिता। उस तों बाद लंच होया। लंच तों बाद दूसरे गेड़ दी बैठक दे विच सरकार दे मंत्री किसानां दे लई इक होर पेशकश लैके आए। ਇਹ ਪੇਸ਼ਕਸ਼ ਸੀ ਕਿ ਅਸੀਂ 1.5 ਸਾਲ ਦੇ ਲਈ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਉੱਤੇ ਰੋਕ ਲਾ ਦਿੰਦੇ ਹਾਂ। ਉਸ ਦਰਮਿਆਨ ਜਿਹੜੀ ਸਰਕਾਰ ਅਤੇ ਕਿਸਾਨਾਂ ਦੀ ਜਿਹੜੀ ਇੱਕ ਕਮੇਟੀ ਬਣਾ ਦਿੰਦੇ ਹਾਂ, ਸਾਂਝੀ ਕਮੇਟੀ ਬਣਾ ਦਿੰਦੇ ਹਾਂ, ਉਹ ਸਾਂਝੀ ਕਮੇਟੀ ਜੋ ਆਪਣਾ ਰਿਜ਼ਲਟ ਦੇਵੇਗੀ, ਫੈਸਲਾ ਦੇਵੇਗੀ, ਉਦੋਂ ਤੱਕ ਅਸੀਂ ਉਡੀਕ ਕਰਾਂਗੇ। ਉਹਨਾਂ ਚਿਰ ਤੱਕ ਕਾਨੂੰਨਾਂ ਦੇ ਉੱਤੇ ਰੋਕ ਹੈ ਜਿਹੜੀ ਉਹ ਰਹੇਗੀ। ਕਿਸਾਨਾਂ ਨੇ ਦੂਸਰੇ ਗੇੜ ਦੀ ਬੈਠਕ ਦੇ ਵਿੱਚ ਜਦੋਂ ਸਰਕਾਰ ਨੇ ਤਜਵੀਜ਼ ਰੱਖੀ, ਕਿਸਾਨ ਲੀਡਰਾਂ ਨੇ ਫਿਰ ਇਸ ਨੂੰ ਰੱਦ ਕਰ ਦਿੱਤਾ। ਪਰ ਤੀਸਰੇ ਗੇੜ ਦੀ ਬੈਠਕ ਜਦੋਂ ਹੋਈ, ਦੂਸਰੇ ਗੇੜ ਦੀ ਬੈਠਕ ਦੇ ਵਿੱਚ ਰੱਦ ਕਰ ਦਿੱਤਾ ਤਾਂ ਲੀਡਰ ਨੇ ਜਿਹੜੇ ਮੰਤਰੀ ਹੈਗੇ ਨੇ ਉੱਠ ਕੇ ਚਲੇ ਗਏ ਕਿ ਅਸੀਂ ਸੋਚ ਕੇ ਤੁਹਾਨੂੰ ਦੱਸਦੇ ਹਾਂ। ਟੀ ਬ੍ਰੇਕ ਹੋਈ। ਟੀ ਬ੍ਰੇਕ ਤੋਂ ਬਾਅਦ ਤੀਸਰੇ ਗੇੜ ਦੀ ਬੈਠਕ ਜਦੋਂ ਸ਼ੁਰੂ ਹੋਈ ਤਾਂ ਸਰਕਾਰ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਵਿਚਾਰ ਕਰ ਲਓ, ਜਿਹੜੀ ਅਸੀਂ ਪੇਸ਼ਕਸ਼ ਤੁਹਾਨੂੰ ਦਿੱਤੀ ਇੱਕ ਵਾਰੀ ਵਿਚਾਰ ਤਾਂ ਕਰੋ ਇਸ ਦੇ ਉੱਤੇ। ਤਾਂ ਕਿਸਾਨਾਂ ਨੇ ਫਿਰ ਸਲਾਹ ਕਰਕੇ ਕਿਹਾ ਕਿ ਅਸੀਂ ਵਿਚਾਰ ਕਰ ਲੈਂਦੇ ਹਾਂ, ਕੱਲ੍ਹ ਨੂੰ ਅਸੀਂ ਆਪਸ ਦੇ ਵਿੱਚ ਬੈਠਕ ਕਰਾਂਗੇ, ਅੱਜ ਅਸੀਂ ਵਿਚਾਰ ਨਹੀਂ ਕਰ ਸਕਦੇ, ਕੱਲ੍ਹ ਨੂੰ ਆਪਸ ਦੇ ਵਿੱਚ ਬੈਠਕ ਕਰਾਂਗੇ, ਜਿਹੜੀਆਂ ਸਾਡੀਆਂ ਹੋਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਵੀ ਬੈਠਕ ਕਰਾਂਗੇ ਅਤੇ ਫਿਰ ਅਸੀਂ ਤੁਹਾਨੂੰ ਇਹਦਾ ਕੋਈ ਉੱਤਰ ਦੇਵਾਂਗੇ। ਜਿਹਦੇ 'ਤੇ ਸਰਕਾਰ ਨੇ ਇੱਕ ਹੋਰ ਬੈਠਕ ਦਾ ਸਮਾਂ ਦੇ ਦਿੱਤਾ ਜਿਹੜੀ ਕਿ 22 ਜਨਵਰੀ ਨੂੰ ਦੁਪਹਿਰੇ 12 ਵਜੇ ਵਿਗਿਆਨ ਭਵਨ ਦੇ ਵਿੱਚ ਰੱਖੀ ਗਈ ਹੈ। ਪਹਿਲੀ ਵਾਰੀ ਹੈ ਕਿ ਸਰਕਾਰ ਦਬਾਅ ਮਹਿਸੂਸ ਕਰ ਰਹੀ ਹੈ, ਤਾਂ ਹੀ ਇਹ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦਬਾਅ ਮਹਿਸੂਸ ਕਰ ਰਹੀ ਹੈ। ਸਰਕਾਰ ਪੋਜ਼ਿਟਿਵ ਐਟੀਟਿਊਡ ਦੇ ਨਾਲ ਆਏ ਸੀ। 26 ਜਨਵਰੀ ਦੀ ਜਿਹੜੀ ਕਿਸਾਨ ਟਰੈਕਟਰ ਪਰੇਡ ਹੈ ਉਸਦਾ ਦਬਾਅ ਸਰਕਾਰ ਦੇ ਉੱਤੇ ਬਣਿਆ ਹੋਇਆ, ਇਸ ਕਰਕੇ 20 ਤੋਂ ਬਾਅਦ 3 ਦਿਨ ਹੀ ਬੈਠਕ ਦੇ ਦਿੱਤੀ ਗਈ ਹੈ 22 ਜਨਵਰੀ ਨੂੰ। ਕਿਸਾਨਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ 22 ਤੋਂ ਬਾਅਦ 23 ਨੂੰ ਰੱਖ ਦੇਣ, ਕਿਉਂਕਿ 22 ਵਾਲੀ ਬੈਠਕ ਦੇ ਵਿੱਚ ਵੀ ਹੱਲ ਤਾਂ ਕਿਤੇ ਵੀ ਨਜ਼ਰ ਨਹੀਂ ਆਉਂਦਾ ਨਾ, ਕਿਉਂਕਿ ਸਰਕਾਰ ਕਿਸਾਨਾਂ ਨੇ ਕਿਤੇ ਨਾ ਕਿਤੇ ਦੱਸ ਦਿੱਤਾ। ਉਸ ਤੋਂ ਬਾਅਦ ਜਿਹੜੀ ਅਸੀਂ ਗੱਲਬਾਤ ਕੀਤੀ ਹੈ, ਜਿਹੜੀ ਲਾਈਵ ਸਟ੍ਰੀਮਿੰਗ ਤੁਹਾਨੂੰ ਦਿਖਾਈ ਹੈ ਸਾਰਿਆਂ ਨੂੰ, ਉਸ ਦੇ ਵਿੱਚ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਰੱਦ ਕਰਨ ਤੋਂ ਅਪੀਲ ਕਰਨ ਤੋਂ ਥੱਲੇ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਹੈ। ਠੀਕ ਹੈ, ਅਸੀਂ ਸਰਕਾਰ ਦੀ ਇਸ ਪੇਸ਼ਕਸ਼ 'ਤੇ ਵਿਚਾਰ ਕਰਨ ਦੀ ਜਿਹੜੀ ਅਪੀਲ ਹੈ ਉਸਨੂੰ ਸਵੀਕਾਰ ਕੀਤਾ, ਪਰ ਸਾਡਾ ਜਵਾਬ ਹੈ ਜਿਹੜਾ ਤਕਰੀਬਨ ਪਤਾ ਹੀ ਹੈ ਵੀ ਇਹੀ ਹੋਏਗਾ, ਅਸੀਂ ਕਾਨੂੰਨ ਰੱਦ ਚਾਹੁੰਦੇ ਹਾਂ। ਸੋ ਪਰਸੋਂ ਵਾਲੀ ਬੈਠਕ ਦੇ ਵਿੱਚ ਕੀ ਕੁਝ ਨਿਕਲਣ ਵਾਲਾ ਹੈ ਇਹ ਵੀ ਆਪਾਂ ਸਾਰਿਆਂ ਨੂੰ ਪਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਣ ਸਿੰਘ ਪੰਧੇਰ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕੀ ਕੁਝ ਕਿਹਾ ਹੈ ਉਹ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ। ਅੱਜ ਜਿਹੜੀ ਗੱਲਬਾਤ ਚੱਲੀ ਆ, ਪਹਿਲਾਂ ਤਾਂ ਆ ਕੇ ਮੰਤਰੀ ਤੋਮਰ, ਪਿਊਸ਼ ਗੋਇਲ ਅਤੇ ਪੰਜਾਬ ਵਾਲੇ ਮੰਤਰੀ ਸੀਗੇ, 3 ਮੰਤਰੀਆਂ ਨੇ ਗੱਲਬਾਤ ਕੀਤੀ ਆ। ਲਗਭਗ ਜਵਾਬ ਹੀ ਸੀਗਾ ਉਹਨਾਂ ਦਾ ਵੀ ਅਸੀਂ ਖੇਤੀ ਦੇ ਕਾਨੂੰਨ ਵਾਪਸ ਨਹੀਂ ਲੈਣੇ। ਪਹਿਲੋਂ ਅਸੀਂ ਜਿਹੜਾ ਵਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜੋ ਪੰਜਾਬ ਵਿੱਚ ਕਰ ਰਹੀ ਆ ਉਹਦਾ ਏਜੰਡਾ ਚੁੱਕਿਆ, ਉਹਦੇ 'ਤੇ ਰਾਜ ਕੀਤਾ। ਉਹਨਾਂ ਦਾ ਜਵਾਬ ਸੀਗਾ ਵੀ ਇਹਨੂੰ ਕਿਸਾਨ ਅੰਦੋਲਨ ਨਾਲ ਜੁੜ ਕੇ ਨਹੀਂ ਦੇਖਣਾ ਚਾਹੀਦਾ। ਜਿਹੜੇ ਤੁਸੀਂ ਮੰਨਦੇ ਹੋ ਵੀ ਸਾਡੇ ਲੋਕ ਤਾਂ ਸਾਰੇ ਆ, ਪੱਤਰਕਾਰ ਆ, ਨੌਜਵਾਨ ਆ, ਕਿਸਾਨ ਆਗੂ ਆ, ਉਹਨਾਂ 'ਤੇ ਦੇਸ਼ ਦਰੋਹੀ ਦੇ ਜਿਹੜੇ ਨੋਟਿਸ ਆਏ ਇਹ ਗਲਤ ਆ, ਉਹ ਸਾਰਿਆਂ ਦੀ ਲਿਸਟ ਅਸੀਂ ਤਾਂ ਕਹਿੰਦੇ ਲਿਸਟ ਦੇ ਦਿਓ, ਅਸੀਂ ਉਹਨਾਂ ਨੂੰ ਵਾਪਸ ਕਰ ਦਿੰਦੇ ਹਾਂ। ਤਾਂ ਇਹ ਨਵਾਂ ਪ੍ਰਸਤਾਵ ਆਇਆ, ਇਹਦੇ 'ਤੇ ਸੋਚ ਵਿਚਾਰ ਕੇ ਆ ਵੀ ਕੱਲ੍ਹ ਵਾਲੀ ਜਿਹੜੀ ਸਾਂਝੀ ਆ ਵੀ ਕੱਲ੍ਹ ਸਾਰੀ ਦਿਹਾੜੀ ਕਿਸਾਨ ਆਗੂਆਂ ਦੀ ਮੀਟਿੰਗ ਹੋਊਗੀ ਅਤੇ ਮੀਟਿੰਗ ਤੋਂ ਬਾਅਦ ਪਰਸੋਂ ਫਿਰ 12 ਵਜੇ ਸਰਕਾਰ ਨਾਲ ਮੀਟਿੰਗ ਕਰਾਂਗੇ, ਇਹ ਨਿਰਣੇ ਹੋਇਆ। ਜਿਹੜਾ ਸਾਡਾ 26 ਦਾ ਅੰਦੋਲਨ ਉਹ ਜਾਰੀ ਰਹੂਗਾ, ਉਹਦੇ 'ਤੇ ਕੋਈ ਅਸਰ ਨਹੀਂ ਪਊਗਾ, ਉਹ ਆਪਣੀ ਥਾਂ ਕੰਟੀਨਿਊਟੀ ਰਹੂਗਾ। ਔਰ ਇਹ ਤੋਂ ਅਗਾਂਹ ਸਾਡੀ ਜਥੇਬੰਦੀ ਦਾ ਸਾਫ ਇਸ 'ਤੇ ਮੱਤ ਹੈਗਾ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਗੱਲ 'ਤੇ ਵਿਸ਼ਵਾਸ ਰੱਖਦੀ ਆ ਵੀ ਖੇਤੀ ਦੇ 3 ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਆ ਔਰ ਜਿਹੜਾ MSP 'ਤੇ ਨਵਾਂ ਕਾਨੂੰਨ ਲਿਆਂਦਾ ਜਾਣਾ ਚਾਹੀਦਾ। ਜਿਹੜੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਕਿਸਾਨ ਲੀਡਰ ਬਲਕਰਨ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ 26 ਜਨਵਰੀ ਨੂੰ ਅਸੀਂ ਪਰੇਡ ਨੂੰ ਸ਼ਾਂਤਮਈ ਕਿਵੇਂ ਬਣਾਉਣਾ ਹੈ।
ਅਸੀਂ ਸਵਾਲ ਪੁੱਛਿਆ ਸੀ ਕਿ ਪਰੇਡ ਸ਼ਾਂਤਮਈ ਰਹੇਗੀ ਕਿਵੇਂ ਤੁਸੀਂ ਦਾਅਵੇ ਤਾਂ ਕਰ ਰਹੇ ਹੋ ਕਿ ਪਰੇਡ ਪੂਰੀ ਤਰ੍ਹਾਂ ਦੇ ਨਾਲ ਸ਼ਾਂਤਮਈ ਹੋਏਗੀ ਅਸੀਂ ਜਿਹੜਾ ਹੈਗਾ ट्रैक्टर मार्च कढ़ांगे दिल्ली दे अंदर दाखिल होवांगे लखां दी गिणती दे विच दाखिल होवांगे पर असीं कानून व्यवस्था खुद बना के रखांगे जे दिल्ली पुलिस ने सानू लॉ एंड ऑर्डर दी स्थिति मेनटेन करन दे लई अपनी फौज ना दित्ती तां असीं खुद सारी स्थिति मेनटेन करांगे ते असीं दावा करदे हां कि साडी इह परेड पूर्ण तौर ते शांतमई होएगी असीं सरकार दी परेड दे विच विघन नहीं पावांगे सो इह किसानां ने वार वार स्पष्ट कीता कि 26 जनवरी दी परेड होएगी असीं किसे दबाश नहीं आवांगे सरकार भावें जिन्ने मर्जी दबाव दे विच है ते सरकार नूं होणा वी चाहीदा है। मैं बलकरण सिंह बराड़ सूबा प्रधान कुल हिंद किसान सभा पंजाब जिहड़ी इह पेशकश है इह कोई सौख्या नहीं आई जिवें तुसीं गल्लां कर रहे सी पहलां मैं कहा वी सरकार है जिहड़ी उह बेशक समां पास कर रही होवे पर असी समा पास नहीं कर रहे असी अंदोलन की तीव्रता अंदोलन का वहा अंदोलन की लगातारता तो उसका देश के अंदर वधना ये साढ़े पैरामीटर ने जोड़े उसनों माप रहे हैं। पंजाब तो अंदोलन हुंदा हुंदा हुण कोयरला पहुँच चुकया है तो पहला जोड़ा थोड़ा थोड़ा अंदोलन से अज कल रिपोर्टा ने मध्य एम पी दियाँ यूपी दियाँ जोड़े लोगों डरा के घर ताड़िया हुआ पुलिस ने वो निकल के आ रहे हैं बेशक पिंड निकलने वास्ते पुलिस उन्होंने निगाह रख रही है पर असी ये देख रहे हैं सरकार ते प्रेशर है 26 तरीक नू जदों इस देश की राजधानी के अंदर लखां लोकां ने परेड ते निकलना है तो सरकार ने कंबना है अंदरों उसनू कंबड़ी छिड़ी हुई है ते उस तो पहला इसे करके तुसी मानदे हो कि पहली बारी है कि परसों दा दिन जिहड़ा दित्ता गया नहीं तो 4-5 दिन गैप हुंदा बिल्कुल जिवें 26 आऊगी हो सकता 22 तरीक की मीटिंग तो बाद कह देना आपां 23 नू ही फिर बहिंदे आ इह वी संभव है तो जां 22 दी मीटिंग आ दिन रात ही चल जाए कितें तो इस गल करके जिवें पुलिस प्रशासन नाल साडियां मीटिंगां हो गई दो कल नूं सुबह पुलिस प्रशासन नाल फिर मीटिंग है तो जिहड़ा असीं सुरक्षित लांघे की मंग कर रहे हैं। सरकार ने 26 दे बारे बड़ा खौफनाक तरीके दे नाल जिहड़ा माहौल क्रिएट किया सी पैदा करन दा यतन किया सी वी लोक डर जाण दिल्ली नूं असीं डर जाण तो लोग इत्थे ना आउण वी साडा ट्रैक्टर ना कितें भन्निया जावे गोली ना चल जाए ना हो जाए पर लोगों ने इन्हां सारियां गल्लां नूं दरकिनार किया जिवें मोदी के भाषण नूं पिछले 6 महीनों तो उहदी कैबिनेट बीजेपी नूं दरकिनार किया है तो ये सरकार जिहड़ी कानूनां नूं सही कहिंदी सी कानूनां दे इंप्लीमेंट होण तों पहलां ये कानूनां च सोधां करनियां पै गईआं नूं सोधां मन रही है सोधां 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 तो पर हुण उही सोधां दे नाल जिहड़े कोर्ट ने किया सस्पेंड जिहड़ा कोई 1-2 महीने वास्ते कोर्ट कह रही सी पर इन्हां ने वह 2 साल ते लै गए तो वह जिहड़े सस्पेंड 2 साल कहिंदे आ इह रद्द भी करनगे श्री गुरु गोबिंद सिंह साहिब दा प्रकाश दिहाड़ा अज पूरी दुनिया दे विच मनाया गया पटना साहिब दी धरती ते किवें दे रंग रहे ओ अगे असीं तुहानूं दसांगे ते जिहड़ा किसानां ने अज मोर्चियां दे विच श्री गुरु गोबिंद साहिब जी दे प्रकाश दिहाड़े नूं ही अज दा संघर्ष समर्पित कीता सी। टिकरी बॉर्डर ते भारतीय किसान यूनियन एकता उग्राहां ने पकौड़ा चौंक ते स्टेज लाई हुई है जिहड़ी उत्थे वी साहिब श्री गुरु गोबिंद सिंह साहिब जी दे प्रकाश दिहाड़े नूं ही स्टेज समर्पित की। स्टेज की कार्रवाई तो पहला श्री गुरु गोबिंद सिंह साहिब की वड आकारी तस्वीर ते समुची सूबा कमेटी वालों गुलदस्ते भेंट करके गुरु साहिब नूं याद करदिआं जबर जुलम ते काणी वंड दे खिलाफ अंदोलन जारी रखण दा अहद लिया गया। इस मौके कमेटी दे जथेबंदी दे इक लीडर शिंगारा सिंह मान ने कहा कि पहले पातशाह श्री गुरु नानक साहिब तो ही एक काणी वंड दे खिलाफ विचारां दी लड़ाई शुरू हुई जिसके तहत गुरु साहिब ने राजे शी मुकदम कुत्ते ते अपन हथी अपना आपे ही काज सवारी है सलोक ने जिहड़े उह दर्ज कीते ते इह कोई सिर्फ बाणी उचारी नहीं गई बल्कि हालातां दे तहत गुरु साहिब ने धुर की बाणी है जिहड़ी उचारी सी। दशमेश पिता ने अपना सारा परिवार उदों दे मुगल हाकमां वल्लों गरीब लोकां दे कीते उत्ते कीते जा रहे अत्याचारां दे खिलाफ संघर्ष दे दौरान वार दित्ता सी जदों औरंगजेब धक्के नाल कश्मीरी पंडतां नूं उहनां दा धर्म तब्दील करा के मुसलमान बनाउण लग्गिया सो उहनां ने कहा कि गुरु साहिब दे जीवन तों असीं प्रेरणा लैंदे होए अपने संघर्ष नूं जित तक लैके जाण दा अहद लिया है गुरु साहिब दे प्रकाश दिहाड़े दे मौके। केंद्र सरकार ने ट्रैक्टर रैली दे खिलाफ जिहड़ी सुप्रीम कोर्ट दे विच पटीशन पाई सी उस नूं वापस लै लिया। केंद्र सरकार ने सुप्रीम कोर्ट दे वल्लों 26 जनवरी नूं किसानां दी तजवीज़शुदा ट्रैक्टर रैली नूं पुलिस दा मामला दसन तों बाद इस मामले विच सुप्रीम कोर्ट नूं दखल देण दी अपील लई जिहड़ी पाई पटीशन सी उह वापस लै ली है। सर्वोच्च अदालत ने 26 जनवरी नूं ट्रैक्टर रैली दे बारे दायर पटीशन ते कहा है कि इस दी इजाजत देनी है जां नहीं देनी दिल्ली दे विच किसानां नूं इह फैसला तुहाडा है तुहाडे कोल अधिकार है ते तुसीं इहदे नाल नजिठणा है
इस ते कोई भी हुक्म देना अदालत का काम नहीं है। अदालत ने खेती कानून बारे सरकार ते किसानां विचाले खड़ोत तोड़न दे लई जिहड़ी कमेटी बनाई गई है सुप्रीम कोर्ट दे वल्लों उहते भी नाराजगी है जिहड़ी उह प्रगटाई है। अदालत ने पुछिया कि पक्षपाती होण दा सवाल ही कित्थे है। अदालत ने थोड़ी तलखी है जिहड़ी उह किसानां दे नाल दिखाई है। सुप्रीम कोर्ट ने कहा कि कमेटी अगे पेश होना है तो होवो ते पर इस तरह सवाल चुकने सानू बर्दाश्त नहीं है। खड़ोत जिहड़ी तोड़न लई सरकार अते किसानां दे विचाले सुप्रीम कोर्ट ने पिछले दिन ही कमेटी बनाई। 4 मैंबरी कमेटी है। भुपिंदर सिंह मान छड़ चुके ने, हुण 3 मैंबरी रह चुकी है। कल इस कमेटी ने पहली बैठक की है। किसान लीडर कह रहे हैं कि इस कमेटी की चोण के उत्ते सानू भरोसा ही नहीं है क्योंकि जिहड़ी कमेटी के मैंबर ने वह खेती कानून का पक्ष पूर रहे ने। ता फिर सुप्रीम कोर्ट ने जिहड़ा पक्षपात होण दा इल्जाम है उस नू ठुकरा दिता है। अदालत ने कहा कि इहदे विच पक्षपाती होण दा सवाल कित्थे है। असी कमेटी नू फैसला सुनाउण दा अधिकार नहीं दिता है। सिर्फ कमेटी है जिहड़ी उह जांच करेगी, जांच करके रिपोर्ट सानू सौंपेगी। उस रिपोर्ट दे विच किसी भी कमेटी मैंबर की जिहड़ी निजी राय है उहदा निजी राय का जिहड़ा इफेक्ट है, प्रभाव है, उस रिपोर्ट ते नहीं पएगा। जे किसी मैंबर की अपनी निजी राय खेती कानूनां दे हक दे विच है जां विरोध दे विच है इहदा जांच रिपोर्ट ते कोई असर नहीं पैणा। सुप्रीम कोर्ट ने कहा कि असीं माहिरां दी कमेटी नूं नियुक्त कीता है जिहड़े कि खेती मसलियां दे उत्ते पिछले कई सालां तों काम कर रहे ने क्योंकि असीं माहिर नहीं हाँ, खेती माहिर ही इस ते काम कर सकदे ने। चीफ जस्टिस बोबड़े ने कहा कि तुसीं कमेटी सामने पेश नहीं होणा तां ना होवो पर इस तरह सवाल ना चुको। इस तरह किसी का अक्स खराब करना सही नहीं है। CJI ने कहा कि जे तुसी लोकां दी राय दे संबंध विच किसी दे अक्स नूं ढाल लाउंदे हो तां अदालत इस नूं बर्दाश्त नहीं करेगी। असीं सिर्फ केस दी संविधानिकता तय करांगे। सर्वोच्च अदालत दे वल्लों 26 जनवरी नूं किसानां दी तजवीज़शुदा ट्रैक्टर रैली नूं पुलिस दा मामला दसण तों बाद केंद्र सरकार ने इस मामले विच सुप्रीम कोर्ट नूं दखल देण दी अपील करन वाली अपनी पटीशन भी वापस लै लई है। किसानां दे काफले लगातार पंजाब, हरियाणा ते होर सूबियां तों दिल्ली पहुंच रहे ने। वड्डी गिणती पंजाब दे किसानां दी है। किसान मजदूर संघर्ष कमेटी दी अगवाई दे विच इक होर काफला दिल्ली नूं रवाना हो चुक्या। किसान मजदूर संघर्ष कमेटी दे प्रधान सतनाम सिंह पन्नू ते सूबा जनरल सकत्तर सरवण सिंह पंधेर ने कहा है कि 26 जनवरी दी ट्रैक्टर परेड दे विच शामिल होण दे लई तरन तारण, हरीके पत्तण ते ब्यास तो हज़ारां किसान मजदूर ने जिहड़े उह अपने व्हीकलां राहीं जिन्हां दे विच ट्रैक्टर ते कारां भी शामिल ने उह दिल्ली मोर्चे विच शामिल होण लई 20 जनवरी नूं पंजाब तों रवाना होए ने। 20 जनवरी तों 23 जनवरी तक पंजाब तों लखां ट्रैक्टर दिल्ली पहुँचणगे। इस दे नाल इक होर खबर दस दईए कि किसानां दे मसले दे उत्ते किसान बीबियां दे नाल अते कई गायकां दे नाल पंगा लैण वाली फिल्म अदाकारा कंगना रणौत दा ट्विटर अकाउंट आरजी तौर ते बंद कर दिता गया। सब नूं पता ही है कि बॉलीवुड अदाकारा कंगना रणौत ट्विटर दे उत्ते हर मुद्दे ते खुल के अपनी राय जाहिर करदी है जिस कारण आए दिन किसी ना किसी ट्वीट करके वह विवादों के विच घिरदी रहिंदी है। कंगना रणौत का ट्विटर अकाउंट हुण अस्थाई तौर पर बंद कर दिता गया जिस तों बाद कंगना ने ट्विटर के CEO जैक नूं टैग करते हुए उन्हां लोकां नूं करारा जवाब भी दिता है जिन्हां ने कंगना के ट्विटर अकाउंट के उत्ते पाबंदी लाने की मांग की है। हरियाणा दे विच 6वीं तों 8वीं तक दीआं जमातां खोलण दा सरकार ने ऐलान कर दिता है। हरियाणा दे सिक्ख्या मंत्री कंवरपाल ने कहा कि हरियाणा दे स्कूल फरवरी दे पहले हफ्ते तों लगणगे सिर्फ 6वीं तों लैके 8वीं जमात दे विद्यार्थियों दे लई। सिक्ख्या मंत्री ने दस्सिया कि COVID-19 केस हौली हौली हेठ आ रहे ने, स्थिति दे विच सुधार होया है। इस तों इलावा COVID-19 टीकाकरण की मुहिम भी शुरू हो गई है। इसलिए फरवरी दे पहले हफ्ते तों 6वीं, 7वीं ते 8वीं दीआं क्लासां लाउण दा फैसला लिया गया है। पहली तो 5वीं तक दीआं जमातां हाले नहीं शुरू कीतियां जाणगियां, बाद विच फैसला लिया जाएगा। पंजाब सरकार ने भी हुण कल नूं जिथे पंजाब दे विच कॉलेज ते यूनिवर्सिटियां खुल रहे ने उत्थे ही पंजाब सरकार ने अज 20 तरीक नूं इक होर वड्डा फैसला सुना दिता है कि पंजाब दे विच हुण 3री ते 4थी जमात दे निक्के बच्चियां दे लई भी स्कूल खुल जाणगे। सिक्ख्या मंत्री विजेंद्र सिंगला ने इस दा ऐलान कीता है कि 27 जनवरी तो सरकारी एडिड अते प्राइवेट स्कूलों के विच 3री अते 4थी जमात दे निक्के न्याणे हुण क्लासां ला सकते ने। 1 फरवरी तो 1ली ते 2री जमात दे विद्यार्थियों लई भी स्कूल खोल दिते जाणगे। स्कूल खोलण ते बंद होण दा समां पहलां वांगू ही सवेरे 10 बजे तो लैके दुपहरे 3 बजे तक का रहेगा। बच्चों नूं स्कूल भेजन तो पहला मापियां की सहमति जरूरी होएगी। बच्चों नूं स्कूलों दे विच क्लासां लाउण दे लई दबा नहीं पाया जाएगा। ऑनलाइन ते ऑफलाइन
ਦੋਵੇਂ ਜ਼ਰੀਆ ਰਾਹੀਂ ਪੜ੍ਹਾਈ ਹੈ ਜਿਹੜੀ ਉਹ ਜਾਰੀ ਰੱਖੀ ਜਾਏਗੀ। ਕੋਰੋਨਾ ਸੰਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਏਗੀ, ਇਹ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਬਿਆਨ ਦਿੱਤਾ ਹੈ। ਸੋ ਹਰਿਆਣਾ ਅਤੇ ਪੰਜਾਬ ਦੋਵਾਂ ਥਾਵਾਂ 'ਤੇ ਸਕੂਲ ਨੇ ਜਿਹੜੇ ਉਹ ਹੌਲੀ ਹੌਲੀ ਖੋਲ੍ਹਣੇ ਸ਼ੁਰੂ ਹੋ ਗਏ ਨੇ। ਪੰਜਾਬ ਦੇ ਵਿੱਚ ਤਾਂ ਤਕਰੀਬਨ ਸਾਰੇ ਵਿੱਦਿਅਕ ਅਦਾਰੇ ਖੋਲ੍ਹਣ ਦਾ ਹੁਣ ਐਲਾਨ ਕਰ ਦਿੱਤਾ ਗਿਆ। ਡੇਰਾਬੱਸੀ ਅਤੇ ਮੋਹਾਲੀ ਦੇ ਵਿੱਚ ਬਰਡ ਫਲੂ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਡੇਰਾਬੱਸੀ ਦੇ 55,000 ਮੁਰਗੀਆਂ ਵਾਲੇ ਅਲਫਾ ਪੋਲਟਰੀ ਫਾਰਮ ਅਤੇ 60,000 ਮੁਰਗੀਆਂ ਵਾਲੇ ਰਾਇਲ ਪੋਲਟਰੀ ਫਾਰਮ ਦੇ ਵਿੱਚੋਂ ਲਏ ਨਮੂਨਿਆਂ ਦੇ ਵਿੱਚ ਭੋਪਾਲ ਪ੍ਰਯੋਗਸ਼ਾਲਾ ਵਿੱਚ ਬਰਡ ਫਲੂ HSN-8 ਹੋਣ ਦੀ ਪੁਸ਼ਟੀ ਹੋਈ ਹੈ। ਮੋਹਾਲੀ ਵਿੱਚ ਲਏ ਗਏ ਮਰੇ ਹੋਏ ਕਾਂ ਦਾ ਨਮੂਨਾ ਵੀ ਪਾਜ਼ੀਟਿਵ ਨਿਕਲਿਆ ਹੈ। ਬੁੱਧਵਾਰ ਨੂੰ 2 ਨਵੇਂ ਕੇਸ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਬਰਡ ਫਲੂ ਦੇ ਪੁਸ਼ਟੀ ਕੀਤੇ ਨਮੂਨਿਆਂ ਦੀ ਗਿਣਤੀ 3 ਹੋ ਗਈ ਹੈ। 15 ਜਨਵਰੀ ਨੂੰ ਮੋਹਾਲੀ ਪ੍ਰਸ਼ਾਸਨ ਨੇ ਇਸ ਇਲਾਕੇ ਦੇ ਵਿੱਚ ਬਰਡ ਫਲੂ ਦਾ ਸ਼ੱਕੀ ਮਾਮਲਾ ਜਲੰਧਰ ਦੀ ਲੈਬ ਦੇ ਵਿੱਚ ਭੇਜਿਆ ਸੀ। ਅਗਲੇਰੀ ਜਾਂਚ ਲਈ ਇਸ ਨੂੰ ਭੋਪਾਲ ਦੇ NIHSAD ਭੇਜਿਆ ਗਿਆ ਸੀ। ਜਲਿਆਂਵਾਲਾ ਬਾਗ ਦੇ ਨਾਲ ਸੰਬੰਧਿਤ ਇੱਕ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਲਿਸਟ ਹੈ ਜਿਹੜੀ ਉਹ ਵੈਬਸਾਈਟ ਦੇ ਉੱਤੇ ਅਪਲੋਡ ਕਰ ਦਿੱਤੀ ਗਈ ਹੈ। 13 ਅਪ੍ਰੈਲ 1919 ਨੂੰ ਵਾਪਰੇ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਸ਼ਹੀਦਾਂ ਨੂੰ ਸਨਮਾਨ ਦੇਣ ਦੇ ਲਈ ਇੱਕ ਸੂਬਾ ਪੱਧਰੀ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ। 25 ਜਨਵਰੀ ਨੂੰ ਰਣਜੀਤ ਐਵੀਨਿਊ ਅੰਮ੍ਰਿਤ ਆਨੰਦ ਪਾਰਕ ਦੇ ਵਿੱਚ ਸ਼ਹੀਦਾਂ ਦੇ ਸਮਾਰਕ ਦਾ ਨੀਂਹ ਪੱਥਰ ਵੀ ਰੱਖਿਆ ਜਾਏਗਾ। ਅੰਮ੍ਰਿਤਸਰ ਦੇ DC ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਵਿਭਾਗ ਦੇ ਰਿਕਾਰਡ ਦੇ ਮੁਤਾਬਕ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਜੋ ਵੀ ਲਿਸਟ ਹੈ ਉਹ ਵੈਬਸਾਈਟ amritsar.nic.in ਦੇ ਉੱਤੇ ਅਪਲੋਡ ਕੀਤੀ ਗਈ ਹੈ। ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲਿਸਟ ਦੇ ਵਿੱਚ ਪੂਰਾ ਪਤਾ ਨਾ ਹੋਣ ਕਰਕੇ ਪਰਿਵਾਰਾਂ ਦਾ ਪਤਾ ਹਲੇ ਸਾਰਿਆਂ ਦਾ ਨਹੀਂ ਲੱਗ ਪਾਇਆ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹਨਾਂ ਦੇ ਵੱਡੇ ਬਜ਼ੁਰਗਾਂ ਦੇ ਨਾਮ ਇਸ ਲਿਸਟ ਦੇ ਵਿੱਚ ਹਨ ਤਾਂ ਉਹ DC ਦਫ਼ਤਰ ਦੇ LFA ਬ੍ਰਾਂਚ ਦੇ ਵਿੱਚ ਕਮਰਾ ਨੰਬਰ 20 ਦੇ ਵਿੱਚ 22 ਜਨਵਰੀ ਤੱਕ ਸਵੇਰੇ 11 ਵਜੇ ਤੱਕ ਸੰਪਰਕ ਕਰਨ। ਇੱਕ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ 01872229392 01872229392 ਜਾਂ ਮੇਲ ID acgacr@gmail.com। ਯਾਨੀ ਕਿ ਇਹ ਲਿਸਟ ਦੇ ਵਿੱਚ ਜਿਨ੍ਹਾਂ ਵੀ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਨਾਮ ਸ਼ਾਮਿਲ ਨੇ ਉਹਨਾਂ ਦੇ ਪਰਿਵਾਰ ਵਾਲੇ ਜ਼ਰੂਰ ਇਹ ਲਿਸਟ ਚੈੱਕ ਕਰਨ। ਇਹ ਲਿਸਟ ਵੈਬਸਾਈਟ amritsar.nic.in ਦੇ ਉੱਤੇ ਦਿੱਤੀ ਗਈ ਹੈ, ਕਿਉਂਕਿ ਸਰਕਾਰ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੀ ਹੈ। ਇਸ ਕਰਕੇ ਜਿਨ੍ਹਾਂ ਦੇ ਵੀ ਵੱਡੇ ਵਡੇਰੇ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਹੋਏ ਨੇ ਉਹ ਇਸ ਨੰਬਰ ਦੇ ਉੱਤੇ ਸੰਪਰਕ ਜ਼ਰੂਰ ਕਰਨ। ਬਰਤਾਨੀਆ ਦੇ ਵਿੱਚ ਸਿੱਖ ਭਾਈਚਾਰੇ ਦੇ 2 ਵਿਅਕਤੀਆਂ ਖਿਲਾਫ 1 ਵਿਅਕਤੀ ਨੂੰ ਡਰਾਉਣ, ਧਮਕਾਉਣ, ਸੜਕ ਉੱਤੇ ਲੜਾਈ ਕਰਨ ਅਤੇ ਤਲਵਾਰ ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ। ਸਕਾਟਲੈਂਡ ਯਾਰਡ ਦੇ ਮੁਤਾਬਿਕ ਦੋਵੇਂ ਵਿਅਕਤੀਆਂ ਨੇ ਪੱਛਮੀ ਲੰਡਨ ਦੇ ਸਾਊਥ ਹਾਲ ਦੇ ਵਿੱਚ ਸੜਕ ਉੱਤੇ ਝੜਪ ਦੌਰਾਨ ਤਲਵਾਰਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ। ਮੈਟਰੋਪੋਲੀਟਨ ਪੁਲਿਸ ਨੇ ਬਿਆਨ ਦੇ ਵਿੱਚ ਕਿਹਾ ਕਿ ਸੁਖਬੀਰ ਸਿੰਘ 22 ਸਾਲ ਦਾ ਅਤੇ ਲੱਖਾ ਸਿੰਘ 29 ਸਾਲ ਦਾ ਦੋਵੇਂ ਸਿੱਖ ਨੌਜਵਾਨ ਉਹਨਾਂ ਨੂੰ ਸੋਮਵਾਰ ਨੂੰ ਵਿਲਸਡਨ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਐਤਵਾਰ ਯਾਨੀ ਕਿ 17 ਜਨਵਰੀ ਨੂੰ ਸ਼ਾਮ 5:30 ਵਜੇ ਦੇ ਕਰੀਬ ਫੋਨ ਆਇਆ ਅਤੇ ਕਿੰਗ ਸਟਰੀਟ ਦੇ ਵਿੱਚ ਤਕਰੀਬਨ 30 ਲੋਕ ਚਾਕੂ ਅਤੇ ਤਲਵਾਰਾਂ ਸਮੇਤ ਵੱਖ ਵੱਖ ਹਥਿਆਰਾਂ ਦੇ ਨਾਲ ਲੜ ਰਹੇ ਸਨ। ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਘਟਨਾ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੋਵਾਂ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। 15 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸ ਦੇ ਨਾਲ ਇੱਕ ਹੋਰ ਖਬਰ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਅਤੇ ਦਿੱਲੀ ਪੁਲਿਸ ਦੇ ਵਿੱਚ ਜਿਹੜੀ ਮੁੜ ਤੋਂ ਬੈਠਕ ਹੋਈ ਸੀ, ਕੱਲ੍ਹ ਵੀ 19 ਜਨਵਰੀ ਨੂੰ ਵੀ ਕਿਸਾਨਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਸਾਡੀ ਪਰੇਡ ਹੈ ਜਿਹੜੀ 26 ਜਨਵਰੀ ਨੂੰ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਬਾਹਰੀ ਰਿੰਗ ਰੋਡ 'ਤੇ ਹੋਏਗੀ, ਹਰ ਹਾਲ ਦੇ ਵਿੱਚ ਹੋਏਗੀ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਹੋਏਗੀ। 26 ਜਨਵਰੀ ਨੂੰ ਉਹਨਾਂ ਦੀ ਟਰੈਕਟਰ ਪਰੇਡ ਪਹਿਲਾਂ ਤੈਅ ਯੋਜਨਾ ਦੇ ਮੁਤਾਬਿਕ ਹੀ ਹੋਵੇਗੀ। ਮੁੜ 20 ਜਨਵਰੀ ਦੀ ਬੈਠਕ ਦੇ ਵਿੱਚ ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਇਹ ਸਾਫ਼ ਕਰ ਦਿੱਤਾ। ਦਿੱਲੀ, UP ਅਤੇ ਹਰਿਆਣਾ ਪੁਲਿਸ ਅਧਿਕਾਰੀਆਂ ਦੇ ਨਾਲ ਵਿਗਿਆਨ ਭਵਨ ਦੇ ਵਿੱਚ ਹੀ ਇਹ ਮੀਟਿੰਗ ਹੋਈ ਅਤੇ ਪੁਲਿਸ ਨੇ ਕਿਸਾਨ ਲੀਡਰਾਂ ਨੂੰ ਕਿਹਾ ਕਿ ਉਹ ਰਾਜਧਾਨੀ ਦੀ ਬਾਹਰੀ ਰਿੰਗ ਰੋਡ ਦੀ ਬਜਾਏ ਕੁੰਡਲੀ ਮਾਨਸਰ ਪਲਵਲ ਐਕਸਪ੍ਰੈਸਵੇ 'ਤੇ ਟਰੈਕਟਰ ਪਰੇਡ ਕਰਨ, ਪਰ ਕਿਸਾਨਾਂ ਨੇ ਇਸ ਨੂੰ ਰੱਦ ਕਰ ਦਿੱਤਾ। ਹੁਣ ਵੀਰਵਾਰ ਨੂੰ ਦੋਵਾਂ ਧਿਰਾਂ ਦੇ ਵਿਚਾਲੇ ਮੁੜ ਗੱਲਬਾਤ ਹੋ ਸਕਦੀ ਹੈ। ਯਾਨੀ ਕਿ 21 ਜਨਵਰੀ ਨੂੰ ਦਿੱਲੀ ਸੰਘਰਸ਼ ਵਿੱਚ ਗਏ ਚਮਕੌਰ ਸਾਹਿਬ ਦੇ ਆੜਤੀਏ ਦੀ ਮੌਤ ਹੋ ਗਈ ਹੈ। ਆੜਤੀਏ ਦਾ ਨਾਮ ਸੋਹਣ ਲਾਲ ਸੀ, 52 ਸਾਲ ਦੀ ਉਮਰ ਸੀ। ਦਿਲ ਦਾ ਦੌਰਾ ਪੈਣ ਕਾਰਨ ਸਿੰਘੂ ਬਾਰਡਰ 'ਤੇ ਮੌਤ ਹੋ ਗਈ ਅਤੇ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਟਿੱਕਰੀ ਬਾਰਡਰ 'ਤੇ ਨਾਭਾ ਦੇ ਪਿੰਡ ਤੁੰਗਾਂ ਦਾ ਕਿਸਾਨ ਹੈ ਜਿਹੜਾ, ਉਹ ਵੀ ਸ਼ਹੀਦ ਹੋ ਗਿਆ।
भारतीय किसान यूनियन उगराहां दे नाभा प्रधान हरमेल सिंह ने दस्या कि शहीद धन्ना सिंह पुत्र छज्जू सिंह रात तक बिल्कुल ठीक सी पर सुत्ते पिया ही ठंड दे विच उसकी मौत हो गई। नाल दे साथियों ने जो सवेरे उसनू उठाउण दी कोशिश की तो वह इस संसार नू छड़ चुक्या सी। धन्ना सिंह दे परिवार दे विच मां पत्नी ते तीन बच्चे ने ते लाश का संस्कार वीरवार नू कीता जाएगा। अज पूरी दुनिया के साहिब कमाल श्री गुरु गोबिंद सिंह साहिब का प्रकाश दिहाड़ा बड़ी ही श्रद्धा भावना के नाल ते उत्साह के नाल मनाया गया। गुरु साहिब के प्रकाश अस्थान तख्त सचखंड श्री पटना जी हरिमंदर साहिब विखे बहुत वड्डी गिणती दे विच संगत नतमस्तक हुई। इस मौके बिहार के मुख्यमंत्री नीतीश कुमार भी तख्त श्री पटना साहिब विखे नतमस्तक होने के लिए पहुँचे और लंगर भी उन्होंने छकिया। गुरु गोबिंद सिंह साहिब का 354वां प्रकाश दिहाड़ा पूरी श्रद्धा ते उत्साह दे नाल मनाया गया। किसानां दे वल्लों भी अपने हर मोर्चे दे उत्ते बहुत ही उत्साह दे नाल गुरु साहिब का प्रकाश दिहाड़ा मनाया गया। अहद लिया गया कि जिस तरह गुरु साहिब ने संदेश दिता है कि ना तो जुल्म करना है ना ही सहना है, अपने हक्कां दी खातर डटदियां डटदियां जे जान भी चली जाए तो भी पिछे नहीं हटना। ते उन्होंने अज गुरु साहिब दे प्रकाश दिहाड़े मौके अरदासां करके अहद लिया कि असी संघर्ष नूं जित तक जारी रखांगे। ते टिकरी बॉर्डर की गल कर लिए जां सिंघू बॉर्डर की गल कर लिए सारे थावां दे उत्ते लगे मोर्चियां दीआं स्टेजां तो गुरु साहिब नूं याद किया गया, उन्हां दी लासानी कुरबानी नूं याद किया गया ते गुरु साहिब दीआं सिक्ख्यावां नूं मन्नण दे संकल्प ने जिहड़े ओह लए गए। टिकरी बॉर्डर ते गायकां ने भी अज गुरु साहिब का प्रकाश दिहाड़ा मनाते हुए अपनियां रचनावां अपनी कला का जौहर गुरु साहिब के जीवन नूं समर्पित है जिहड़ा वह दिखाया गया। माछीवाड़ा तो खबर है जिथे झुग्गी ते टिप्पर पलटन कारण 10 साल की बच्ची की मौत हो गई। माछीवाड़ा के नेड़े पिंड गढ़ी तरखाणा विखे सवेर गरीब परिवार की झुग्गी ते टिप्पर पलटन कारण एक बच्ची 10 साल की सुलेखा की मौत हो गई जबकि उसके नाना नानी जख्मी हो गए। सवेरे करीब 10 बजे माछीवाड़े तो बजरी नाल भरिया टिप्पर सरहंद नहर के गढ़ी पुल वल जा रहा है कि संघनी धुंध होने कारण इसका चालक राह तो भटक गया ते नाल लगती लिंक रोड वल मुड़ गया। धुंध कारण उसका टिप्पर रुख नाल टकरा के संतुलन गवा बैठा ते सड़क किनारे बनी एक गरीब परिवार की झुग्गी ते जा पलटिया। टिप्पर विच लद्दी बजरी झुग्गी विच सुते गरीब परिवार ते जा के ढेरी हो गई जिस कारण उस विच सुती लड़की 10 साल की उम्र सी सुलेखा नाना बबलू ते नानी रमैया देवी दब गए। लहरा गागा होवे जां फिर पंजाब दे होर भी पिंड होण सारे किते ट्रैक्टर रैली नूं लैके लामबंदी की जा रही है। पंजाब दीआं वख-वख थावां दे उत्ते ट्रैक्टर रैली ट्रैक्टर परेड दे विच शामिल होण दे लई प्रैक्टिस की जा रही है। वख-वख पिंडां शहरां दे विच किसान रोज़ाना अजिहियां तस्वीरां सामने आउंदियां ने जदों ट्रैक्टर परेड की तैयारी करदे दिखाई दे रहे ने। प्राइम टाइम दे विच हुण पूरे भारत दीआं खबरां असीं तुहानूं दस दिंदे आं। सब तो पहली खबर है कि उत्तर प्रदेश के बागपत पहुंचे RLD यानी कि राष्ट्रीय लोक दल के उप प्रधान जयंत चौधरी ने किसान धरने को संबोधन करदे एक वड्डा बयान दिता है। चौधरी ने अपनी पार्टी के लीडरों को कहा कि जो लीडर धरने में शामिल होंगे उन्होंने आने वाली चोणों के RLD के वलों टिकट मिलेगी। इस दे नाल ही उन्होंने राम मंदिर की उसारी लई इकट्ठे किए जा रहे चंदे के उत्ते भी तंज कसिया। एक वड्डी वड्डा बयान उन्होंने दिता है कि किसान धरने विच शामिल होने वाले लीडरां नूं ही RLD दे वल्लों चोणां दे विच टिकट दिती जाएगी। राम मंदिर की उसारी लई इकट्ठे किए जा रहे चंदे के उत्ते उन्होंने कहा कि जो लोग राम के नाम उत्ते वोटां लैंदे ने ते चंदा इकट्ठा करदे ने उन्हां नूं जनता ने चोणां दे विच वेखणा है ते विखा भी देना है। चौधरी ने RLD वर्करां नूं अपील की है कि वह 26 जनवरी की ट्रैक्टर परेड कढ़न अते किसान मार्च दे विच शामिल भी जरूर होण। ये जिहड़ा बयान आया है इस दे नाल ही एक होर खबर तुहानूं दस दईए कि संसद के आगामी बजट सैशन के मद्देनज़र 30 जनवरी नूं प्रधानमंत्री नरेंद्र मोदी की प्रधानगी दे विच सर्व पार्टी बैठक होगी जिहदे विच सरकार सैशन दे नाल संबंधित कामकाज बारे सारियां धिरां नूं जाणू कराएगी। संसदीय मामलों बारे मंत्री प्रहलाद जोशी ने दस्या कि यह मीटिंग डिजिटल रूप च की जाएगी ते इस संबंध विच धिरां दे सारे सदनां दे लीडरां नूं जानकारी जिहड़ी ओह दे दित्ती गई है।
भारतीय चोन कमिशन दे वल्लों 25 जनवरी नू EEPIC दी शुरुआत कीती जाएगी, यानी कि इलैक्ट्रॉनिक इलैक्टोरल फोटो शनाख्ती कार्ड एदी शुरुआत है जिहड़ी, ओह रस्मी शुरुआत 25 जनवरी नू कीती जाएगी 26 जनवरी तो एक दिन पहला। वोटर इस स्कीम दे जारी होने तो बाद, इस प्रोग्राम दे जारी होने तो बाद अपने रजिस्टर्ड मोबाइल राही डिजिटल वोटर कार्ड नू वेख सकणगे ते प्रिंट भी करवा सकणगे। वोटरां नू इस नवी सहूलत प्रति जागरूक करन दे उद्देश दे नाल चोण कमिशन दे वल्लों 19 जनवरी 2020 नू इक वीडियो कॉन्फ्रेंस राही EEPIC दे ढंग तरीकियां संबंधी सारे सूबयां दे मुख चोण अधिकारियां नू जानकारी भी दित्ती गई सी। ਇਹ ਪ੍ਰੋਗਰਾਮ ਇੱਕ ਨਾਨ ਐਡੀਟੇਬਲ ਪੋਰਟੇਬਲ ਡਾਕੂਮੈਂਟ ਫਾਰਮੈਟ ਦਾ ਰੂਪ ਹੈ, ਯਾਨੀ ਕਿ PDF ਦਾ ਰੂਪ ਹੈ। PDF ਨੂੰ ਤੁਸੀਂ ਸਿਰਫ ਡਾਊਨਲੋਡ ਕਰ ਸਕਦੇ ਹੋ, ਤੁਸੀਂ ਇਸ ਨੂੰ ਐਡਿਟ ਨਹੀਂ ਕਰ ਸਕਦੇ, ਇਹਦੇ ਵਿੱਚ ਕੋਈ ਬਦਲਾਅ ਨਹੀਂ ਕਰ ਸਕਦੇ। ਇਹ ਮੋਬਾਈਲ ਤੇ ਜਾਂ ਸੈਲਫ ਪ੍ਰਿੰਟੇਬਲ ਰੂਪ ਦੇ ਵਿੱਚ ਕੰਪਿਊਟਰ ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਆਪਣਾ ਕਾਰਡ ਹੈ ਜਿਹੜਾ ਉਹ ਵੋਟਰ ਆਪਣੇ ਮੋਬਾਈਲ ਤੇ ਸਟੋਰ ਕਰ ਸਕਦਾ ਹੈ, ਡਿਜੀ ਲੋਕਰ ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ, ਇਸ ਨੂੰ ਖੁਦ ਲੈਮੀਨੇਟ ਵੀ ਕਰ ਸਕਦਾ ਹੈ। ਇਹ ਸਹੂਲਤ ਨਵੀਂ ਰਜਿਸਟ੍ਰੇਸ਼ਨ ਲਈ ਜਾਰੀ ਕੀਤੇ ਗਏ EEPIC ਤੋਂ ਇਲਾਵਾ ਦਿੱਤੀ ਗਈ ਹੈ। ਪ੍ਰਾਈਮ ਟਾਈਮ ਦੇ ਵਿੱਚ ਪੂਰੀ ਦੁਨੀਆ ਦੀਆਂ ਖਬਰਾਂ ਵੀ ਆਪਾਂ ਜਾਣ ਲੈਂਦੇ ਹਾਂ। ਡੋਨਾਲਡ ਟਰੰਪ ਦੀ ਵਿਦਾਈ ਹੈ ਜਿਹੜੀ ਉਹ ਹੋ ਚੁੱਕੀ ਹੈ। ਡੋਨਾਲਡ ਟਰੰਪ ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਅਮਰੀਕਾ ਦੇ ਵਿੱਚ 20 ਜਨਵਰੀ ਦਾ ਦਿਨ ਬੜਾ ਅਹਿਮ ਹੈ ਕਿਉਂਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਹੁੰ ਚੁੱਕ ਸਮਾਗਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਦਾਗੀ ਵਿਰਾਸਤ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਆਪਣੇ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਇਹ ਉਸ ਵੱਲੋਂ ਸ਼ੁਰੂ ਕੀਤੀ ਗਈ ਲਹਿਰ ਦੀ ਸ਼ੁਰੂਆਤ ਹੈ। ਇੱਕ ਵਿਦਾਈ ਵੀਡੀਓ ਦੇ ਵਿੱਚ ਟਰੰਪ ਨੇ ਅਗਲੇ ਰਾਸ਼ਟਰਪਤੀ ਜੋ ਬਾਈਡਨ ਨੂੰ ਵਧਾਈ ਵੀ ਦਿੱਤੀ। ਟਰੰਪ ਨੇ ਕਿਹਾ ਕਿ ਇਸ ਹਫ਼ਤੇ ਸਾਨੂੰ ਨਵੀਂ ਸਰਕਾਰ ਮਿਲ ਜਾਏਗੀ, ਅਸੀਂ ਅਰਦਾਸ ਕਰਦੇ ਹਾਂ ਕਿ ਅਮਰੀਕਾ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਰੱਖਣ ਦੇ ਵਿੱਚ ਸਫਲ ਹੋ ਸਕੇ। ਟਰੰਪ ਨੇ ਵੀਡੀਓ ਦੇ ਵਿੱਚ ਕਿਹਾ ਕਿ ਅਸੀਂ ਆਪਣੀਆਂ ਸ਼ੁਭ ਕਾਮਨਾਵਾਂ ਪੇਸ਼ ਕਰਦੇ ਹਾਂ ਤੇ ਉਹਨਾਂ ਲਈ ਚੰਗੀ ਕਿਸਮਤ ਦੀ ਕਾਮਨਾ ਵੀ ਕਰਦੇ ਹਾਂ। ਚੋਣਾਂ ਦੌਰਾਨ ਵੱਡੀ ਗਿਣਤੀ ਵਿੱਚ ਧੋਖਾਧੜੀ ਦੇ ਬੇਬੁਨਿਆਦ ਦੋਸ਼ ਲਾਉਣ ਵਾਲੇ ਟਰੰਪ ਨੇ ਆਪਣੇ ਪੂਰੇ ਭਾਸ਼ਣ ਦੇ ਵਿੱਚ ਬਾਈਡਨ ਦਾ ਜ਼ਿਕਰ ਤੱਕ ਨਹੀਂ ਕੀਤਾ, ਸਿਰਫ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਨਵੀਂ ਸਰਕਾਰ ਦੇ ਲਈ ਅਗਲਾ ਪ੍ਰਸ਼ਾਸਨ ਸ਼ਬਦ ਵਰਤਿਆ ਜੋ ਬਾਈਡਨ ਨਹੀਂ ਵਰਤਿਆ। ਟਰੰਪ ਦੇ ਕਈ ਸਮਰਥਕਾਂ ਦਾ ਮੰਨਣਾ ਹੈ ਕਿ ਚੋਣਾਂ ਉਹਨਾਂ ਤੋਂ ਚੋਰੀ ਹੋਈਆਂ ਨੇ। ਟਰੰਪ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਨਵੀਂ ਪੁਲਾੜ ਸ਼ਕਤੀ ਦੀ ਸਿਰਜਣਾ ਦੇ ਦੌਰਾਨ ਮੱਧ ਪੂਰਬ ਦੇ ਵਿੱਚ ਸੰਬੰਧਾਂ ਨੂੰ ਸਧਾਰਨ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਟਰੰਪ ਨੇ ਕਿਹਾ, ਰਾਸ਼ਟਰਪਤੀ ਹੋਣ ਦੇ ਨਾਤੇ ਮੇਰੀ ਪਹਿਲੀ ਤਰਜੀਹ, ਮੇਰੀ ਲਗਾਤਾਰ ਚਿੰਤਾ ਹਮੇਸ਼ਾ ਹੀ ਅਮਰੀਕੀ ਕਰਮਚਾਰੀਆਂ ਅਤੇ ਅਮਰੀਕੀ ਪਰਿਵਾਰਾਂ ਦੇ ਸਭ ਤੋਂ ਚੰਗੇ ਹਿੱਤ ਰਹੇ ਨੇ। ਮੈਂ ਉਹ ਰਸਤਾ ਨਹੀਂ ਪਾਲਿਆ ਜਿਹਦੀ ਘੱਟ ਤੋਂ ਘੱਟ ਆਲੋਚਨਾ ਹੋਈ ਹੋਵੇ। ਮੈਂ ਸਖ਼ਤ ਲੜਾਈਆਂ ਲਈ ਸਭ ਤੋਂ ਮੁਸ਼ਕਿਲ ਵਿਕਲਪ ਚੁਣਿਆ ਤੇ ਤੁਸੀਂ ਮੈਨੂੰ ਅਜਿਹਾ ਕਰਨ ਲਈ ਚੁਣਿਆ। ਟਰੰਪ ਨੇ ਆਪਣੇ ਸਮਰਥਕਾਂ ਨੂੰ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਮੈਂ ਬੁੱਧਵਾਰ ਦੁਪਹਿਰ ਨੂੰ ਨਵੇਂ ਪ੍ਰਸ਼ਾਸਨ ਨੂੰ ਸੱਤਾ ਸੌਂਪ ਦਿਆਂਗਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਉਸ ਅੰਦੋਲਨ ਦੀ ਸ਼ੁਰੂਆਤ ਹੈ ਜੋ ਅਸੀਂ ਹਲੇ ਸ਼ੁਰੂ ਕੀਤਾ ਤੇ ਅਜਿਹਾ ਕਦੇ ਨਹੀਂ ਹੋਇਆ ਸੀ। ਅਗਲੀ ਖਬਰ ਹੈ ਕਿ ਅਮਰੀਕਾ ਦੇ ਰੱਖਿਆ ਮੰਤਰੀ ਦੇ ਪਦ ਦੇ ਲਈ ਜਿਹੜੇ ਨੋਮੀਨੇਟ ਹੋਏ ਲਾਇਡ ਆਸਟਿਨ ਨੇ ਕਿਹਾ ਕਿ ਜੋ ਬਾਈਡਨ ਪ੍ਰਸ਼ਾਸਨ ਦਾ ਉਦੇਸ਼ ਭਾਰਤ ਦੇ ਨਾਲ ਅਮਰੀਕਾ ਦੀ ਰੱਖਿਆ ਸਾਂਝੀਦਾਰੀ ਨੂੰ ਵਧਾਉਣਾ ਹੋਵੇਗਾ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਰੱਖਿਆ ਮੰਤਰੀ ਦੇ ਪਦ ਲਈ ਰਿਟਾਇਰਡ ਜਨਰਲ ਲਾਇਡ ਆਸਟਿਨ ਦੇ ਨਾਂ ਤੇ ਮੋਹਰ ਲਾਈ ਹੈ। PTI ਦੇ ਮੁਤਾਬਿਕ ਮੰਗਲਵਾਰ ਨੂੰ ਆਪਣੇ ਨਾਮਾਂਕਣ ਤੇ ਸੁਣਵਾਈ ਦੇ ਦੌਰਾਨ ਸੈਨੇਟ ਦੇ ਇੱਕ ਕਮੇਟੀ ਨੂੰ ਆਸਟਿਨ ਨੇ ਕਿਹਾ ਕਿ ਜੇ ਮੇਰੇ ਨਾਮ ਦੀ ਪੁਸ਼ਟੀ ਹੁੰਦੀ ਹੈ ਤਾਂ ਭਾਰਤ ਦੇ ਨਾਲ ਸਾਡੇ ਰੱਖਿਆ ਸੰਬੰਧਾਂ ਦੇ ਮਾਮਲੇ ਦੇ ਵਿੱਚ ਮੇਰਾ ਉਦੇਸ਼ ਦੋਵੇਂ ਦੇਸ਼ਾਂ ਦੇ ਵਿਚਕਾਰ ਸਾਂਝੇਦਾਰੀ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਰਹੇਗਾ ਤਾਂ ਕਿ ਭਾਰਤ ਅਤੇ ਅਮਰੀਕਾ ਦੋਵੇਂ ਦੇਸ਼ਾਂ ਦੇ ਸੈਨਿਕ ਹਿੱਤ ਨੇ ਜਿਹੜੇ ਉਹ ਸੁਰੱਖਿਅਤ ਰਹਿ ਸਕਣ। ਉਹਨਾਂ ਨੇ ਕਿਹਾ ਕਿ ਜੇ ਮੇਰੇ ਨਾਮ ਦੀ ਪੁਸ਼ਟੀ ਹੁੰਦੀ ਹੈ ਤਾਂ ਮੈਂ ਪਾਕਿਸਤਾਨ ਨੂੰ ਇਹ ਸੰਦੇਸ਼ ਜ਼ਰੂਰ ਦੇਣਾ ਚਾਹੂੰਗਾ ਕਿ ਉਹ ਚਰਮਪੰਥੀਆਂ ਯਾਨੀ ਕਿ ਕੱਟੜ ਲੋਕਾਂ ਅਤੇ ਹਿੰਸਕ ਗਰੁੱਪਾਂ ਨੂੰ ਆਪਣੇ ਮੁਲਕ ਦੇ ਵਿੱਚ ਜ਼ਮੀਨ ਤਲਾਸ਼ਣ ਨਾ ਦੇਣ। ਅਸੀਂ ਪਾਕਿਸਤਾਨ ਦੇ ਨਾਲ ਕੁਝ ਅਹਿਮ ਮੁੱਦਿਆਂ ਤੇ ਸਹਿਯੋਗ ਬਣਾ ਕੇ ਰੱਖਾਂਗੇ ਅਤੇ ਪਾਕਿਸਤਾਨ ਦੀ ਫੌਜ ਦੇ ਨਾਲ ਵੀ ਰਿਸ਼ਤੇ ਬਿਹਤਰ ਕਰਨਾ ਚਾਹਾਂਗੇ। ਸਾਨੂੰ ਲੱਗਦਾ ਹੈ ਕਿ ਅਫਗਾਨਿਸਤਾਨ ਨੇ ਜਦੋਂ ਵੀ ਕੋਈ ਸਿਆਸੀ ਹੱਲ ਕੱਢਿਆ ਹੋਏਗਾ ਜਾਂ ਫਿਰ ਕੱਢੇਗਾ ਤਾਂ ਉਸ ਵਿੱਚ ਪਾਕਿਸਤਾਨ ਦੀ ਅਹਿਮ ਭੂਮਿਕਾ ਰਹੇਗੀ। ਸਾਨੂੰ ਅਲਕਾਇਦਾ ਨੂੰ ਹਰਾਉਣ ਅਤੇ ਇਲਾਕੇ ਦੇ ਵਿੱਚ ਸਥਿਰਤਾ ਲਿਆਉਣ ਦੇ ਲਈ ਪਾਕਿਸਤਾਨ ਦੇ ਨਾਲ ਮਿਲ ਕੇ ਕੰਮ ਕਰਨਾ ਹੋਏਗਾ।
सो प्राइम टाइम दे विच पंजाब भारत अते दुनिया भर दीआं खबरां असीं तुहानूं सारीआं अहम अहम दसीआं ने। प्राइम टाइम दे विच तुहाडे सब तों इजाजत चाहुंदे आ, तुसीं सारे अपना ध्यान रखियो, लोड़वंदां दी मदद जरूर करदे रहा करो। 22 जनवरी नूं किसानां ते सरकार दी मुड़ तों बैठक होणी है अते 21 जनवरी नूं किसानां दीआं आपस दे विच बैठकां होणीआं ने। उस दी अपडेट असीं द खालस टीवी ते तुहानूं लगातार दिंदे रहांगे। तुसीं जिहड़ा साडा नवां फेसबुक पेज है उस ते सारीआं अपडेट्स तुहानूं मिलदीआं ने, जिहड़ीआं टीवी ते सारीआं द खालस टीवी दे यूट्यूब चैनल ते नहीं मिल सकदियां, उह सारीआं फेसबुक पेज दे राहीं तुसीं हासिल कर सकते हो। नवां जिहड़ा पेज बनाया है कुछ तकनीकी कारणां करके द खालस टीवी, उस दे उत्ते जाके तुसीं जानकारियां जरूर लै सकते हो। लोड़वंदां दी मदद जरूर करदे रहा करो। किसानां दे संघर्ष दे विच जिवें दा वी योगदान तुसीं पाउणा चाहुंदे हो जरूर पाओ। धन्नवाद।